अस्सलाम वालेकुम, सत श्री अकाल, प्रणाम जी। एक पिंड पंजाब दा चैनल दी टीम अज पहुंची है जी, चक नंबर 82 गाबे बलाकी, जिन्हों हुण कोट किराया भी कहिंदे आ जी, कागजां विच कोट किराया लिखा जांदा आ। उत्थे साडी बजुर्गां नाल मुलाकात आ, जिहड़े कि 1947 तों पहले भी इत्थों दे रहण वाले सीगे, यानी कि इह हिंदुस्तान चों नहीं आए हैगे, इत्थे दे बछिंदे आ। इहनां कोल आपां गल्लां बातां पुछणियां, इत्थे गराया जट बरादरी दे लोक जिहड़े बैठे आ उन्हां दे बारे गल्लां बातां करनियां, और यह भी पुछना कि जिहड़े गराया इत्थों दे जिहड़े बंदे सी उन्हां दे नाल दे जिहड़े बंदे उत्थे जिहड़े अपने सिख मज़हब विच आ, ये मुसलमान हो गए आ, ये सारी गल्लबात आपां इहनां कोल पुछणी भी कदों तों मुसलमान होए आ, और इन्हां दे उन्हां नाल किहड़े किहड़े बंदियां नाल रिश्तेदारियां आ जी। दूजा जी, असीं पंजाबी दे जिहड़े पुराने लफ़ज़ जिहड़े लोग बोलना छड्ड गए आ उन्हां ते वी रोशनी पई दी आ, ते साडे अज दे जिहड़े प्रोग्राम दा जिहड़ा पंजाबी दा लफ़ज़ आ उह आ चौंधी लगणा। ਸਾਨੂੰ ਤੁਸੀਂ ਦੱਸਣਾ ਵੀ ਚੌਂਦੀ ਕਿੱਦਾਂ ਲੱਗਦੀ ਹੁੰਦੀ ਆ, ਅਤੇ ਇਹ ਕਿਹਨੂੰ ਕਿਹਨੂੰ ਪਤਾ ਵੀ ਇਹਦਾ ਮਤਲਬ ਕੀ ਆ ਚੌਂਦੀ। ਆਪਣੇ ਕਮੈਂਟਸ ਦੇ ਵਿੱਚ, ਕਮੈਂਟਸ ਦੇ ਰਾਹੀਂ ਆਪਣੀ ਰਾਏ ਦਾ ਇਜ਼ਹਾਰ ਕਰਿਓ, ਅਤੇ ਥੱਲੇ ਸਾਨੂੰ ਦੱਸਿਓ, ਸਾਨੂੰ ਪਤਾ ਲੱਗੂ ਕਿਹੜੇ ਕਿਹੜੇ ਬੰਦੇ ਹਜੇ ਵੀ ਪੰਜਾਬੀ ਦੇ ਪੁਰਾਣੇ ਲਫ਼ਜ਼ਾਂ ਨੂੰ ਜਾਣਦੇ। ਬਾਕੀ ਬਾਬਾ ਜੀ ਹੁਣਾਂ ਨਾਲ ਗੱਲਬਾਤ ਸ਼ੁਰੂ ਕਰ। ਅਸਲਾਮ ਵਾਲੇਕੁਮ ਬਾਬਾ ਜੀ। ਅਸਲਾਮ ਵਾਲੇਕੁਮ ਬਾਬਾ ਜੀ, ਆਪਣਾ ਕੀ ਨਾਮ ਆ ਜੀ? ਗੁਲਾਮ ਨਬੀ। ਗੁਲਾਮ ਨਬੀ ਜੀ। ਆਪਣੇ ਬਜ਼ੁਰਗਾਂ ਦਾ ਕੀ ਨਾਮ ਆ? ਜਾਨ ਮੁਹੰਮਦ। ਜਾਨ ਮੁਹੰਮਦ ਜੀ। ਆਪਣੀ ਕਿਹੜੀ ਕੌਮ, ਕਿਹੜੀ ਬਰਾਦਰੀ ਆ ਜੀ? ਮੋਚੀ ਆ ਜੀ। ਅੱਛਾ ਜੀ, ਹਾਂਜੀ, ਠੀਕ ਆ ਜੀ। ਆਪਣੀ ਉਦੋਂ ਕਿੰਨੀ ਉਮਰ ਸੀ ਜਦੋਂ 47 ਦਾ ਵਾਕਿਆ ਪੇਸ਼ ਆਇਆ? 18-19 ਸਾਲ ਦਾ ਹਾਂ ਜੀ, 20 ਸਾਲ ਦੇ ਵਿੱਚ ਜਦੋਂ ਜਾਲੇ ਪਏ ਨੇ। ਇਹ ਤਾਂ ਗੱਭਰੂ ਸੀਗੇ? ਹਾਂਜੀ, ਸਾਰਾ ਹੀ ਪਤਾ ਹੋਣਾ। ਸਾਰਾ ਹੀ ਪਤਾ ਜੀ ਮੈਨੂੰ। ਅੱਛਾ, ਹਾਂਜੀ। ਪੜ੍ਹਦੇ ਪੁੜ੍ਹਦੇ ਵੀ ਸੀ ਜਾਂ? ਨਹੀਂ ਜੀ, ਨਪਾੜ ਚਿੱਟੇ। ਚਿੱਟੇ ਨਪਾੜ? ਹਾਂਜੀ। ਅੱਛਾ, ਪੰਜਾਬੀ ਜੀ ਜਾਣ ਕਰਦੇ ਆ? ਹਾਂਜੀ। ਬਾਬਾ ਜੀ, ਆਪਣੇ ਇਸ ਪਿੰਡ ਦੇ ਵਿੱਚ ਹੀ ਰਹਿੰਦੇ ਸੀਗੇ? ਇਸ ਪਿੰਡ 'ਚ ਜਿਉਂ ਪਿੱਛੋਂ ਆਇਆ ਨਾ, ਬਾਰ ਆਬਾਦ ਹੋਈ ਆ, ਉਦੋਂ ਇੱਥੇ ਸੀ। ਇੱਥੇ ਸੀਗੇ? ਹਾਂ, ਠੀਕ ਆ ਜੀ। ਹਾਂਜੀ, ਇਸ ਪਿੰਡ ਵਿੱਚ ਕਿਹੜੇ ਕਿਹੜੇ ਲੋਕ ਰਹਿੰਦੇ ਸੀ ਪਹਿਲੇ 47 ਤੋਂ? ਇਹ ਅਮਨ ਦੇ ਜ਼ਮਾਨੇ ਦੇ, ਅਮਨ ਦੇ ਜ਼ਮਾਨੇ ਦੇ ਵਿੱਚ ਰਹਿੰਦੇ ਸੀ ਜੀ ਸਿੱਖ ਜਿਹੜੇ ਸਨ, ਉਹ ਅਬੂੜ ਸਿੰਘ, ਅੱਛਾ, ਅੱਗੇ ਚਾਂਚਲ ਸਿੰਘ, ਚਾਂਚਲ ਸਿੰਘ ਮਾਈ ਪੱਡੀ ਦਾ, ਮਾਈ ਪੱਡੀ ਦਾ, ਹਾਂਜੀ, ਚਾਂਚਲ ਸਿੰਘ, ਅੱਗੇ ਬੇਲਾ ਸਿੰਘ, ਪਿਆਰਾ, ਯਾਰਾ, ਤਾਰਾ, ਫਕੀਰ ਸਿੰਘ, ਪੂਰਨ ਸਿੰਘ, ਫੌਜਾ ਸਿੰਘ, ਉਹਦੇ ਪੁੱਤ ਸੀ ਮੋਹਣੀ ਅਤੇ ਨੋਹਣੀ ਦੋ, ਹੈਂਜੀ। ਅੱਗੇ ਆ ਗਿਆ ਫਿਰ ਯਾਰਾ ਸਿੰਘ, ਯਾਰਾ ਸਿੰਘ ਜਿਹੜਾ ਸੀ ਉਹ ਉਹਨਾਂ ਦੇ ਵਿੱਚੋਂ ਸ਼ਰੀਕਾ ਹੀ ਸੀ। ਅੱਗੇ ਆ ਗਿਆ ਜੈਲਦਾਰ, ਗੁਰਦੁਆਰਾ ਇਹਨਾਂ ਦਾ, ਹਾਂਜੀ, ਅੱਗੇ ਜੈਲਦਾਰ ਮੂਲਾ ਸਿੰਘ, ਉਹਦੇ 5 ਮਰੱਬੇ ਸੀ, ਅਤੇ ਉਹ ਹਥਾ ਤੋੜ ਕਰਮ ਸਿੰਘ ਲੰਬੜਦਾਰ ਘੋਗੜ, ਉਹਨੂੰ ਘੋਗੜ ਸੱਦਦੇ ਸੀ ਅਸੀਂ, ਉਹਦਾ ਘਰ ਆ ਗਿਆ, ਹੈਂਜੀ। ਉਹ ਆਪਣੇ ਦੇਸ਼ ਹੀ ਰਹਿੰਦਾ ਸੀ ਪਿੱਛੇ ਮੂਲਾ ਸਿੰਘ, ਜ਼ਮੀਨ ਖੱਤਰੀਆਂ ਖੁੱਤਰੀਆਂ ਨੂੰ ਸਾਨੂੰ ਤੈਨੂੰ ਮੈਨੂੰ ਵਾਹੀ 'ਤੇ ਦੇ ਛੱਡਦਾ ਸੀ। ਅੱਗੇ ਆ ਗਿਆ ਜੀ ਆਪਣਾ ਲੰਬੜਦਾਰ ਕੌਣ ਸੀ? ਕਰਮ ਸਿੰਘ। ਕਰਮ ਸਿੰਘ, ਹਾਂ, ਅਤੇ ਤੇਜਾ ਸਿੰਘ ਉਹਦਾ ਭਰਾ ਸੀ। ਅੱਗੇ ਆ ਗਿਆ ਗੋਠਵਾਲਾ ਹਾਤਾ, ਉਹ ਨੰਜਣ ਸਿੰਘ ਸੀ, ਮਕਬੂਲ ਸਿੰਘ ਸੀ, ਜਸ ਕੌਰ ਦੇ ਮੁੰਡੇ, ਜਸ ਕੌਰ ਦੇ ਮਾਲਾਂ ਦੇ ਮੁੰਡੇ, ਮਾਲਾਂ ਦੇ ਉਹ ਸਨ। ਅੱਗੇ ਐ ਪਰਤ ਕੇ ਆ ਗਿਆ ਇਸ ਬਾਈ 'ਚ, ਆ ਜਿਹੜਾ ਘਰ ਜਿੱਥੇ ਬੈਠੇ ਹਾਂ, ਇਹ ਸ਼ਿੰਗਾਰਾ ਸ਼ਿੰਗਾਰਾ ਹੁੰਦਾ ਸੀ, ਉਹ ਸ਼ਹਿਰ ਹੁੰਦਾ ਸੀ, ਮਤਲਬ ਆਹ ਜਿਹੜਾ ਨਾਲ ਦਾ, ਆਹ ਸੁੰਦਰ ਸਿੰਘ ਦਾ ਹੀ ਹੈ, ਸੁੰਦਰ ਸਿੰਘ ਦਾ ਸੀ, ਹਾਂ, ਉਹ ਸੀ ਸੁੰਦਰ ਸਿੰਘ ਨੰਬੜਦਾਰ, ਐ ਸਾਤੇ ਵਾਲਾ। ਕਿੰਨੇ ਨੰਬੜਦਾਰ ਸੀ ਪਿੰਡ? ਦੋ। ਸੁੰਦਰ ਸਿੰਘ ਨਾ ਜੀ, ਛੱਡੋ ਤੁਸੀਂ ਇਹਨੂੰ, ਫੇਰ ਗਿਣ ਲਾਂਗੇ, ਉਤਲੇ ਬਜ਼ਾਰੇ ਉਹ ਸ਼ਿੰਗਾਰਾ ਸੀ, ਹੈਂਜੀ। ਉਦੋਂ ਅੱਗੇ ਸੀ ਚਾਂਚਲ ਸਿੰਘ ਅਤੇ ਮਕਬੂਲ ਸਿੰਘ, ਇਹ 3-4 ਭਰਾ ਸਨ, ਹੈਂਜੀ। ਉਦੋਂ ਅੱਗੇ ਆ ਗਿਆ ਗੋਠਵਾਲਾ ਬਾਜ਼ਾਰ, ਜਿਹੜਾ ਸੈਂਟਰ 'ਚ ਜਾਂਦਾ ਗੋਠਵਾਲਾ, ਖੋਜੀ ਅਤੇ ਬਿਸ਼ਨ ਸਿੰਘ, ਦੋ ਭਰਾ ਸੀ ਇਹਨਾਂ ਦੇ, ਦੋ ਪੁੱਤ ਸੀ, ਇੱਕ ਉਹਦਾ ਸੀ, ਇੱਕ ਉਹਦਾ ਸੀ, ਇੱਕ ਦੇ ਨਾਂ ਸਵਰਨ ਸਿੰਘ ਸੀ, ਇੱਕ ਨਾਂ ਜੈਮਲ ਸੀ। ਜੈਮਲ ਬਦਮਾਸ਼ ਬੜਾ ਸੀ, ਹੈਂਜੀ, ਉਹਨੇ ਚੂਹੀਆਂ ਨੂੰ ਵੀ ਕੁੱਟਿਆ ਕੱਟਿਆ, ਚੂਹੀਆਂ ਨੂੰ, ਉਹ ਦੌਲੇ ਸ਼ਾਦੀ ਨਹੀਂ, ਬੰਦਿਆਂ ਸੀ ਚੂਹੀਆਂ ਨੂੰ, ਅਸੀਂ ਉਹਨਾਂ ਦੇ ਨਾਂ ਪਾਏ, ਉਹ ਸੀ 16-17 ਬੰਦੇ, ਉਹ ਜਿੱਧਰ ਨੂੰ ਪੈਂਦੇ ਸੀ ਚੂਹੀਆਂ ਵਾਂਗੂ ਹਰ ਕੰਮ ਕਰ ਜਾਂਦੇ ਸੀ, ਉਹਦਾ ਨਾਂ ਅਸੀਂ ਪਾ ਦਿੱਤਾ ਚੂਹੀ,
ਸਾਰੇ ਪਿੰਡ ਨੇ ਚੂਹੀ ਸੱਦਦੇ ਸੀ ਉਹਨੂੰ ਤਾਰੇ ਪਿਆਰੇ ਹੋਣੀ ਚਾਹੀਦੇ ਸੀ ਅੱਛਾ ਚੂਹੀਆਂ ਕਹਿੰਦੇ ਸੀ ਉਹਨਾਂ ਨੂੰ ਆ ਉਹਨੂੰ ਚੂਹੀਆਂ ਵਾਲੇ ਕਹਿੰਦੇ ਸੀ ਅੱਛਾ ਉਹਦਾ ਪੁੱਤਰ ਇੱਕ ਜੈਮਲ ਸੀ ਉਹ ਬਦਮਾਸ਼ ਸੀ ਅੱਛਾ ਅੱਗੇ ਫਿਰ ਟੱਪ ਗਏ ਅੱਗੇ ਆ ਗਏ ਪ੍ਰੇਮੀ ਅੱਛਾ ਪ੍ਰੇਮੀ ਉਹਨਾਂ ਨੂੰ ਸਾਦੇ ਹੁੰਦੇ ਤਿੰਨ ਭਰਾ ਸੀ ਮਿੰਦਰ ਜਿੰਦਰ ਅੱਛਾ ਇਹ ਤਿੰਨ ਭਰਾ ਸੀ ਪ੍ਰੇਮੀ ਉਹਨਾਂ ਨੂੰ ਕਿਉਂ ਕਹਿੰਦੇ ਸੀ ਪ੍ਰੇਮੀ ਉਂਝ ਨਾਂ ਉਹਨਾਂ ਦੇ ਪ੍ਰੇਮੀ ਪਾਇਆ ਸੀ ਪਿੰਡ ਵਾਲਿਆਂ ਨੇ ਆਸ਼ਕ ਮਜਾਜ ਜੇ ਹੋਣਗੇ ਹਾਂਜੀ ਤੇ ਮਾਂ ਉਹਨਾਂ ਦੀ ਨਾਂ ਸੀ ਮਾਲਾ ਹੈਂਜੀ ਅੱਗੇ ਆ ਗਿਆ ਭਗਤ ਸਿੰਘ ਅੱਛਾ ਭਗਤ ਸਿੰਘ ਦਾ ਮੁੰਡਾ ਛੋਟਾ ਜਿਹਾ ਸੀ ਮੈਂ ਉਹਦਾ ਨਾਂ ਨਹੀਂ ਜਾਣਦਾ ਅੱਛਾ ਅੱਗੇ ਆ ਗਿਆ ਤੇਜਾ ਸਿੰਘ ਤੇਜਾ ਸਿੰਘ ਦਾ ਪੁੱਤ ਸੀ ਜਗੀਰ ਸਿੰਘ ਜਗੀਰ ਸਿੰਘ ਦਾ ਪੁੱਤ ਸੀ ਬਚਨ ਬਚਨ ਛੱਡ ਕੇ ਅੱਗੇ ਆ ਗਿਆ ਇਸ ਗੁੱਠ ਦੇ ਵਿੱਚ ਜੂਰੀ ਲੁਹਾਰ ਜੂੜਾ ਰੱਖਿਆ ਸੀ ਉਹਨੇ ਵੀ ਅਤੇ ਨੰਗੀ ਲੁਹਾਰ ਅੱਗੇ ਆ ਗਿਆ ਮੁਸਲਮਾਨਾਂ ਦੇ ਘਰ ਹਾਂ ਮੁਸਲਮਾਨਾਂ ਦੇ ਘਰ ਆ ਗਏ ਉਹ ਦੋ ਘਰ ਛੱਡ ਕੇ ਅਤੇ ਅੱਗੇ ਘਰ ਫਿਰ ਸਰਖਾਣਾ ਦਾ ਆ ਗਿਆ ਕਰਮ ਸਿੰਘ ਅਤੇ ਮੱਘਰ ਸਿੰਘ ਉਹ ਵੀ ਹਿੰਦੂ ਹੀ ਸਨ ਅੱਗੇ ਆ ਗਿਆ ਚੇਤੂ ਝੂਰ ਹੈਂਜੀ ਉਹ ਦੋ ਭਰਾ ਸੀ ਇੱਕ ਨੂੰ ਮੈਂ ਜਾਣਦਾ ਲਾਭ ਸਿੰਘ ਜੀ ਉਹ ਸ਼ਹਿਰ ਹੀ ਰਹਿੰਦਾ ਸੀ ਸ਼ੁਰੂ ਤੋਂ ਹੀ ਉਹਦੇ ਮੁੰਡੇ ਸੀ ਤੁਲਸੀ ਹੋਣੀ ਬਾਵੇ ਹੋਣੀ ਹੈਂਜੀ ਅਸੀਂ ਸ਼ਿਕਾਰ ਉਹਨਾਂ ਨਾਲ ਮੈਂ ਖੇਡਦਾ ਰਿਹਾ ਕਿਹੜੀ ਸ਼ਾਇਦ ਸ਼ਿਕਾਰ ਖੇਡਦੇ ਆ ਸੱਜੜ ਸੁੱਜੜ ਉਰਾ ਪੁਰਾ ਕੁੱਤੀਆਂ ਰੱਖੀਆਂ ਸੀ ਉਹਨੇ ਆ ਮੁੜ ਕੇ ਅੱਗੇ ਆ ਗਏ ਫਿਰ ਸਾਡੇ ਘਰ ਛੱਪੜੋਗਾ ਸਾਡੇ ਘਰ ਅੱਗੇ ਠੱਠੀ ਆ ਗਈ ਈਸਾਈਆਂ ਦੀ ਠੱਠੀ ਛੱਡ ਕੇ ਮੁੜ ਕੇ ਐ ਨੂੰ ਪਰਸੇ ਅਤੇ ਕੁੰਨਣ ਸੂਰਤੀ ਅਤੇ ਨਿੰਜਣ ਅਤੇ ਚਾਂਚਲ ਸਿੰਘ ਇਹ ਭਰਾ ਸੀ ਅੱਗੇ ਉਹਨਾਂ ਦੇ ਫੇਰ ਆ ਗਿਆ ਸਰੈਣ ਸਿੰਘ ਨਰੈਣ ਸਿੰਘ ਜੈਲਾ ਟਹਿਲ ਸਿੰਘ ਹੈਂਜੀ ਅਤੇ ਮਾਂਦਰੀ ਇਹ ਪੰਜ ਭਰਾ ਸੀ ਉਹਨਾਂ ਦਾ ਹਾ ਮਰੱਬਾ ਵਾ ਆਹ ਪਿੰਡ ਵਾਲਾ ਛੱਡ ਕੇ ਅਤੇ ਅਗਲਾ ਸੀ ਅੱਛਾ ਜੀ ਅੱਗੇ ਫਿਰ ਟੱਪ ਗਏ ਵਿਜਲਾ ਬਾਜ਼ਾਰ ਅੱਗੇ ਆ ਗਿਆ ਕੇਸਰ ਸਿੰਘ ਚਿੜੀਆ ਉਹਨੂੰ ਕੇਸਰ ਸਿੰਘ ਚਿੜੀਆ ਸਾਦੇ ਸੀ ਉਹਦੇ ਮੁੰਡੇ ਸੀ ਦੋ ਭਜੋ ਅਤੇ ਪੂਰੀ ਐਸ ਹੱਥ ਬਾਬਾ ਬਾਤ ਸਿੰਘ ਸੱਦਦੇ ਸੀ ਉਹਨੂੰ ਉਹ ਵੱਡਾ ਘਰ ਸੀ ਸਿੱਖਾਂ 'ਚੋਂ ਸਾਰਿਆਂ 'ਚੋਂ ਉਹਨੂੰ ਬਾਬਾ ਸੱਦਦੇ ਸਾਂ ਉਹ ਆ ਗਿਆ ਅਗਲੇ ਪਾਸੇ ਆ ਗਿਆ ਫੌਜਾ ਸਿੰਘ ਵਰਿਆਮ ਸਿੰਘ ਸਾਧਾ ਸਿੰਘ ਉਹਦੇ ਮੁੰਡੇ ਸੀ ਜਿੰਦਰ ਅਤੇ ਮਿੰਦਰ ਅਤੇ ਚਾਨਣ ਤਿੰਨਾਂ ਭਰਾਵਾਂ ਦੇ ਅੱਗੇ ਆ ਗਿਆ ਉਹ ਪਰਸ ਕੇ ਫਿਰ ਸੂਬੇਦਾਰ ਵਧਾਵਾ ਸਿੰਘ ਹੈਂਜੀ ਉਹਦੇ ਦੋ ਮੁੰਡੇ ਸੀ ਗੁਲਜ਼ਾਰ ਅਤੇ ਯਾਰਾ ਸਿੰਘ ਯਾਰਾ ਸਿੰਘ ਘੁਲਦਾ ਹੁੰਦਾ ਅਤੇ ਆਉਂਦਾ ਢਾਹ ਖਾ ਕੇ ਸੀ ਸਾਰਿਆਂ ਕੋਲ ਹਾਂ ਤੋਬਾ ਕਰੋ ਜੀ ਜਿੱਤਣਾ ਕਾਹਨੂੰ ਸੀ ਉਹਨੇ ਆਹੋ ਚਲੋ ਮੈਦਾਨ 'ਚ ਤਾਂ ਜਾਂਦਾ ਸੀ ਮੈਦਾਨ 'ਚ ਜਾਂਦਾ ਸੀ ਉਹਦੇ ਪਿਓ ਨੇ ਕੀ ਕਰਨਾ ਦੋ ਗੋਗੜਾਂ ਵੇਲਣੇ ਦੀਆਂ ਚੁਕਾ ਕੇ ਨਾ ਵੱਡੀਆਂ ਮੋਢਿਆਂ 'ਤੇ ਅਤੇ ਗਿੱਲੇ ਵਾਹਣ 'ਚੋਂ ਦੀ ਭਜਾ ਦੇਣਾ ਹੈਂਜੀ ਢਾਹ ਕੇ ਖਾ ਕੇ ਆਇਆ ਜਵਾਨ ਬੜਾ ਸੀ ਜੀ ਉਹਦਾ ਪੁੱਤ ਸੀ ਪੁੰਨਾ ਉਹਦੇ ਨਾਲ ਸਾਡੀ ਪ੍ਰੀਤ ਬੜੀ ਸੀ ਵਾਹੀ ਵੀ ਅਸੀਂ ਉਹਦੀ ਕਰਦੇ ਸੀ ਸੂਬੇਦਾਰ ਦੀ ਅਤੇ ਵਿਸਾਖੀ ਵਾਲੇ ਭੰਗੜਾ ਪਾਉਣੇ ਮੌਜਾਂ ਲੈਣੀਆਂ ਜੀ ਬੜੇ ਖੁਸ਼ ਤਬੀਤ ਨਾਲ ਸਾਡੇ ਨਾਲ ਉਹ ਵਰਤਦੇ ਸੀ ਅੱਗੇ ਆ ਗਿਆ ਜੀ ਸੁੰਦਰ ਸਿੰਘ ਉਹਦਾ ਭਰਾ ਵਧਾਵਾ ਸਿੰਘ ਦਾ ਇਹਨਾਂ ਦੇ ਵੀ ਪੰਜ ਮੁਰੱਬੇ ਸਨ ਅੱਛਾ ਅੱਗੇ ਆ ਗਿਆ ਝੋਨੀ ਅਤੇ ਸੋਨੀ ਉਹਨਾਂ ਦਾ ਮੁਰੱਬਾ ਉੱਧਰ ਮਾੜੀ ਸ਼ਾਹ ਵੱਲ ਵਾ ਉਦੋਂ ਅੱਗੇ ਆ ਗਿਆ ਟਹਿਲ ਸਿੰਘ ਟਹਿਲ ਸਿੰਘ ਦਾ ਮੁੰਡਾ ਕੋਈ ਨਹੀਂ ਸੀ ਅੱਗੇ ਆ ਗਿਆ ਜੀ ਪ੍ਰਤਾਪ ਆਪਣਾ ਅੱਛਰ ਸਿੰਘ ਉਹਨੂੰ 84 'ਚ ਮੁਰੱਬਾ ਪਿਆ ਸੀ ਨਾਲ ਹੀ ਸਾਡੇ ਵਸੀਵੇਂ ਦੇ ਉਹ ਜਿਹੜਾ ਮਰਜਈਆਂ ਵਾਲਾ ਫੋਨ ਦਾ ਉਹਦਾ ਮੁੰਡਾ ਸੀ ਇਕਬਾਲ ਸਿੰਘ ਇਕਬਾਲ ਸਿੰਘ ਦਾ ਮੁੰਡਾ ਸੀ ਅਤੇ ਇੱਕ ਭਰਾ ਸੀ ਉਹਦਾ ਦਾਰਾ ਸਿੰਘ ਅਤੇ ਮੁੰਡਾ ਉਹਦਾ ਦੀਪਾ ਉਹਦੇ ਨਾਂ ਸੀ ਦੀਪਾ ਉਹਨੂੰ ਦੀਪਾ ਸੱਦਦੇ ਸੀ ਹੈਂਜੀ ਅੱਗੇ ਆ ਗਿਆ ਨੰਬਰਦਾਰ ਸੁੰਦਰ ਆਪਣਾ ਆ ਜਿੱਥੇ ਮੀਰ ਅਲੀ ਹੋਣੀ ਨੇ ਇਹਦੇ ਨੌਕਰ ਸੀ ਇਹਨੂੰ ਨਾ ਹੀ ਨੌਕਰ ਹੀ ਸੱਦਦੇ ਸੀ ਉਹਦਾ ਮੁੰਡਾ ਸੀ ਇੱਕ ਉਹਨੂੰ ਕੁੱਲੂ ਸੱਦਦੇ ਸਾਂ ਸੀ ਉਹ ਉਹਨਾਂ ਦਾ ਜਵਾਈ ਵੀ ਇੱਥੇ ਆਣ ਕੇ ਰਹਿੰਦਾ ਸੀ ਸੌ ਵਾਲਿਓ ਉਹਦੇ ਤਿੰਨ ਮੁੰਡੇ ਸੀ ਊਧਮ ਸਿੰਘ ਗਿਆਨ ਸਿੰਘ ਅਤੇ ਅੰਬਰ ਸਿੰਘ ਅੱਗੇ ਆ ਗਿਆ ਸੁੰਦਰ ਸਿੰਘ ਲੰਬੜਦਾਰ ਜੀ ਸੁੰਦਰ ਸਿੰਘ ਲੰਬੜਦਾਰ ਇਹ ਚਿਵਾਰਾ ਸੀ ਮੈਂ ਇਸ ਚਿਵਾਰੇ 'ਤੇ ਆਣ ਕੇ ਚੜ੍ਹ ਰਹਿਣਾ ਮੇਰੀ ਪ੍ਰੀਤ ਵਧੀ ਸੀ ਉਹਦੇ ਪੁੱਤ ਸੀ ਤਿੰਨ ਵੱਡੇ ਨਾਂ ਸੀ ਲੱਖਣ
छोटे ना सी बिकर बिकर उदू छोटे ना सी सुखा बिकर इतने लखने इतने मर गया थी है जी अपनी आई ना किसी गल ना एक गल गां ना करो तुसी उदू हट के फिर इतने एक किरपी झूरू होंगे झूरी होंगी सी झीरी झीरी वो होंगी सी पता नहीं अगे फिर मुसलमाना दे घर आ गए चौरी बलिदाद है जी ओदे पुत सी दो तीन मुंशी वड्डे ना इलमदीन सी उन्हों कुहाड़ा सादे सी मोढ़े ते रख छड़दा कुहाड़ा ते बकरे चार दिंदे सी है ना इलमदीन सी छोटे दे ना उदू लालदीन उदू छोटे ना मुंशी है जी अगे आ गया बाबे मौला बशक दा घर है जी पोते ने ओ आ गया और ओ दो भरा सन असगर ते ममदली अच्छा आपा गल करनी जेडी इथों उठ के गए उना दी जेडे इथों उठ के चले गए ना उना दी नहीं उना दी गल करनी आपा आहो ते अपने विच ही असी जेडे इथे बैठे सा मुसलमानां दी उना दी भी करी जाना है जी उना नूं पता लग जाएगा है अच्छा इहदू परत के फिर मुसलमानां दा घर सी मेहर दीन दा अगे सी लाले नवाब दा ते चाचे महंगे दा घर अगे सी लाले रूड़े दा घर बाबे गौर दा अगे साड़ी मस्जिद आ गई अगे फिर थोड़े जे घर साढ़े कमियां दे तुर के अगे फिर ठट्टी आ गई ये मुक गया जी गोल तला सारा पिछले आ जड़ा साम इत्थे झंडा सिंह सी झंडा सिंह अच्छा वो मुसलमान हो गया सी मुसलमान हो गया सी वो मुसलमान इत्थे ही वो किदां बस जदों आना हो बाजीगर दे बाजीगरनी दे घड़ा सी पिया कोरा ठंडा पानी सी उन्हें पीता इन्होंने बनाता भी तू इतने पानी पियो को पी लिया अच्छा। वो मुसलमान उतों ही हो गए कोई गल नहीं कोई बात नहीं उसकी बरादरी ने जानी सिख ने जानी उन्होंने कहा भी तू इन्होंने घरों पानी क्यों पीता उन्हें कहा भी चल पीता था नाल ही अगला पासा जड़ा सी उहदे तो अगला पासा सी वो उन्हां दा भरा सी चाचे का पुत अच्छा जी वो जड़े फिर मुसलमान हो गए सिख आई कोई घर है अच्छा ये मुसलमान हो गया अच्छा। बाकी अगला घर सदागर सिंह का सिख सी नाल गुरुद्वारा सी अच्छा अगे नाल रोड़े सन अच्छा खत्री जिन्हें कहते हट्टियां पाइया इस पास प्या थान सी सारा उसे खराज सन इस जगह च भी खराज सी बस पिंड मुक गया सारा अच्छा हाँ माशाला जी जिस तरह तुसी पूरी वंड कढ़ी आ पिंड दी और कल्ले कल्ले जीआं दा उन्हां दी औलाद दा नां लिया मेरा ख्याल आ भी असी जिहड़े 300 400 350 इंटरव्यू कीता उहदे विच अज तक कदे किसे बंदे ने इन्नी तफसील दे नाल ना नहीं दस्या कदे भी किसे बंदियां दे बारे कट्ठे वसदे सां हां जी है जी कट्ठे वसदे सां ना कोई दुख उह दिंदे सी ना असी दिंदे सां अच्छा है जी बड़े सोहणे भैण भरा वांगू वसदे सां ਉਹਨਾਂ ਦਾ ਗੁਰਦੁਆਰਾ ਕਿੱਧਰਲੀ ਸਾਈਡ ਤੇ ਸੀ ਗੁਰਦੁਆਰਾ ਇੱਕ ਤੇ ਆ ਸਾਈਡ ਤੇ ਸੀ ਆ ਬਾਹਰ ਅੱਛਾ ਆ ਵਿਚਲਾ ਬਾਜ਼ਾਰ ਜਿਹੜਾ ਜਾਂਦਾ ਹਾਂ ਇਹਦੇ ਨਾਲ ਹੀ ਐਂ ਕਰਕੇ ਹਾਂ ਇੱਕ ਗੁਰਦੁਆਰਾ ਆ ਜਿਹੜਾ ਵਿਚਲਾ ਵਾ ਥਾਂ ਉਹਦੇ ਨਾਲ ਐਂ ਕਰਕੇ ਵਿਚਲਾ ਬਾਜ਼ਾਰ ਦੇ ਨਾਲ ਇਦਾਂ ਲੱਗਦਾ ਸੀ ਇਹ ਕੱਚਾ ਸੀ ਉਹ ਪੱਕਾ ਸੀ ਉਹ ਭੋਗ ਖਾਣ 'ਚ ਚੱਲ ਜਾਂਦੇ ਹੋਣੇ ਆ ਹੈ ਭੋਗ ਜਿਹੜਾ ਖਾਂਦੇ ਹੁੰਦੇ ਸੀ ਪ੍ਰਸ਼ਾਦ ਭੋਗ ਜੀ ਅਸੀਂ ਤੇ ਨਿੱਕੇ ਉਦੋਂ ਤੋਂ ਭਾਵੇਂ ਚਲੇ ਜਾਂਦੇ ਜਦੋਂ ਸਿਆਣੇ ਹੋ ਗਏ ਉਦੋਂ ਨਹੀਂ ਸੀ ਜਾਂਦੇ ਸਿੱਧੀ ਜਿਹੜੀ ਗੱਲ ਆ ਆਹੋ झूठ मारी ਅਸੀਂ ਉਦੋਂ ਨਹੀਂ ਉਹਨਾਂ ਦਾ ਫਿਰ ਤੁਹਾਡੇ ਨਾਲ ਲੋਕਾਂ ਨਾਲ ਮੁਸਲਮਾਨਾਂ ਦੇ ਨਾਲ ਜਾਂ ਮੁਸਲਮਾਨਾਂ ਦਾ ਉਹਨਾਂ ਦੇ ਨਾਲ ਕਿਸ ਤਰ੍ਹਾਂ ਵਸੇਬ ਸੀਗਾ ਤਲੋਕਾਤ ਬਹੁਤ ਸਨ ਜੀ ਬੜਾ ਵਸੇਬਾ ਸੀ ਕੋਈ ਸਮਝਦਾ ਨਹੀਂ ਸੀ ਇਸ ਗੱਲ ਨੂੰ ਕਈ ਬੰਦੇ ਉਹ ਸੀ ਜਿਹੜਾ ਸਾਡਾ ਕੀਤਾ ਖਾ ਲੈਂਦੇ ਸੀ ਅੱਛਾ ਹਾਂਜੀ ਆ ਮੈਂ ਜਿਹਦਾ ਨਾਂ ਲਿਆ ਦੀਪੇ ਦਾ ਇਹ ਕਹਿੰਦਾ ਹੁੰਦਾ ਸੀ ਮੈਂ ਇਸ ਕੰਮ ਦੇ ਲੱਗ ਨਹੀਂ ਜਾਣਾ ਕਰਕੇ ਜਿਹੜੇ ਕਰਦੇ ਅਤੇ ਨਾਂ ਅਸੀਂ ਕਰਨ ਦਿੱਤਾ ਸੀ ਜੀ ਕਿ ਉੱਧਰ ਸਾਡੀ ਸੀ ਬਲੀਦਾਦ ਦੀ ਚੌਧਰ ਸੀ ਪਿੰਡ 'ਚ ਬਲੀਦਾਦ ਹਾਂਜੀ ਬਿਲਕੁਲ ਕੋਈ ਝਗੜਾ ਕੋਈ ਫਸਾਦ ਹੋਵੇ ਯਾਨੀ ਇੱਕ ਦੂਜੇ ਦੇ ਜਿਹੜੇ ਮਜ਼ਹਬੀ ਅਕਾਇਦ ਸੀ ਉਹਨਾਂ ਦੀ ਤੁਸੀਂ ਕਦਰ ਕਰਦੇ ਹੁੰਦੇ ਸੀਗੇ ਕਦਰ ਕਰਦੇ ਸੀ ਬਸ ਆਹ ਗੱਲ ਸੀ ਕਦਰ ਕਰਦੇ ਸੀ ਜ਼ਰੂਰ ਹੈਂਜੀ ਫਿਰ ਇਹ ਦੇਖ ਲਓ ਭਾਈ ਕਦਰ ਦੀ ਸੁਣ ਲਓ ਗੱਲ ਆਪਣੇ ਵੀ ਲੱਗਦੀ ਸਾਡੀ ਲੱਗਦੀ ਕਿ ਨਹੀਂ ਇੱਕ ਝੂਰ ਸੀ ਹਿੰਦੂ ਅੱਛਾ ਉਹਨੇ ਝਟਕੇ ਦੀ ਦੁਕਾਨ ਇੱਥੇ ਆ ਕੇ ਲਾ ਲਈ ਅੱਛਾ ਝਟਕੇ ਦੀ ਦੁਕਾਨ ਲਾ ਲਈ ਮੇਰਾ ਬਾਪ ਆਂਦਾ ਉਹ ਇਹ ਕਿਉਂ ਲਾਈ ਆ ਪੁੱਟ ਖੇਨੂੰ ਆਂਦਾ ਤੇਰੇ ਵਰਗੇ ਕਈ ਪਟਾਉਂਦੇ ਆਏ ਪਿੱਛੇ ਉਹਨੇ ਕਿਹਾ ਅੱਛਾ ਉਹ ਇੱਥੇ ਸਿੱਧੇ ਬਾਜ਼ਾਰੇ ਤੁਰਿਆ ਆਵੇ ਅਤੇ ਆ ਗਿਆ ਤਾਏ ਬਲੀਦਾਸ ਕੋ ਆਖਣਗਾ ਭਾਈ ਆਹ ਗੱਲ ਆ
ਕਹਿੰਦਾ ਕੋਈ ਗੱਲ ਨਹੀਂ ਇਹ ਕਿਹੜੀ ਗੱਲ ਆ ਖੋਲ ਵੈੜ ਉਹਨੇ ਵੈੜ ਖੋਲ ਲਿਆ ਤਾਂ ਵੱਡੇ ਖੂਹ 'ਤੇ ਜੂੜ ਪਾ ਕੇ ਛੁਰੀ ਫੇਰ ਦੇ ਜਿਸ ਵੇਲੇ ਸਿੱਖਾਂ ਨੂੰ ਪਤਾ ਲੱਗਾ ਉਹ ਆਣ ਕੇ ਪੈਰੀਂ ਡਿੱਗ ਪਏ ਅਤੇ ਇਹ ਕੀ ਗੱਲ ਹਾਂ ਵੀ ਇਹ ਕੀ ਗੱਲ ਪੈਰੀਂ ਡਿੱਗ ਪਏ ਹਾਂ ਪੈਰੀਂ ਡਿੱਗ ਪਏ ਮਿੰਟਾਂ ਕਰਨ ਮਾਰ ਮਾਰ ਡਾਂਗਾਂ ਨਾ ਉਹਨੂੰ ਉਹਦਾ ਕੋਈ ਥਾਂ ਛੱਡਿਆ ਅਤੇ ਨਾ ਭਾਂਡਾ ਟਿਕਰਨ ਤੂੰ ਬਾਹਰੋਂ ਕਿਹੜਾ ਸ਼ੈਤਾਨ ਆ ਗਿਆ ਸਾਨੂੰ ਵਸਦਿਆਂ ਨੂੰ ਲੜਾਉਣ ਲੱਗਾ ਭਜਾ ਦਿੱਤੇ ਹੈਂਜੀ ਸਲੂਕ ਸਾਡੇ ਨਾਲ ਜੀ ਬੜਾ ਸੀ ਸਿੱਖਾਂ ਦਾ ਮੈਂ ਅਸੀਂ ਹੁਣ ਉਹ ਚਲੇ ਗਏ ਨੇ ਮਰ ਗਏ ਅਸਾਂ ਮਰ ਜਾਣਾ ਵਾ ਉਹ ਸਾਡੇ ਵਡਾਰੇ ਮਰ ਗਏ ਸਲੂਕ ਬਾਬਾ ਜੀ ਦੱਸਦੇ ਕਹਿੰਦੇ ਧੀਆਂ ਭੈਣਾਂ ਦਾ ਬਹੁਤ ਹਜ਼ਾ ਕਰਦੇ ਹੁੰਦੇ ਸੀ ਧੀਆਂ ਭੈਣਾਂ ਵੀ ਬਹੁਤ ਹਜ਼ਾ ਕਰਦੀਆਂ ਆਹ ਜੈਂਬਲ ਜਿਹੜਾ ਤੁਹਾਨੂੰ ਗੱਲ ਸੁਣਾਈ ਆ ਇਹ ਬਦਮਾਸ਼ ਸੀ 10 ਨੰਬਰੀਆ ਅੰਗੂਠੇ ਹੱਥਾਂ ਦੇ ਪੈਰਾਂ ਦੇ ਲੱਗੇ ਸੀ ਠਾਣਾ ਸਤਿਆਣਾ ਲੱਗਦਾ ਸੀ ਉਦੋਂ ਸਾਨੂੰ ਹੈਂਜੀ ਇਹ ਪਿੰਡ ਦੇ ਵਿੱਚ ਆਇਆ ਇਹ ਬਾਹਰ ਨਿਕਲ ਗਿਆ ਮੇਰੀ ਧੀ ਜਾਂ ਮੇਰੀ ਭੈਣ ਰੋਟੀ ਲੈ ਕੇ ਤੁਰੀ ਜਾਂਦੀ ਆ ਇਹਨੇ ਵੀਹਾਂ ਘਰੂਆਂ ਦਾ ਆਖਣਾ ਵੀ ਪੁੱਤਰ ਇੱਥੇ ਰੋਟੀ ਰੱਖ ਦੇ ਅਤੇ ਆਪ ਪਰਾਂ ਚਲੀ ਜਾ 10 ਕੋ 10 12 ਇਹਨੇ ਕੋ ਆਪਣਾ ਘਰੂ ਪਰਾਂ ਚਲੀ ਜਾਣਾ ਉਹਨੇ ਰੋਟੀ ਚੁੱਕਣੀ ਖਾ ਲੈਣੀ ਲੱਸੀ ਹੋਣੀ ਪਾਣੀ ਹੋਣਾ ਪੀ ਲੈਣਾ ਉੱਠਣ ਲੱਗਿਆ 10 ਰੁਪਈਏ ਰੱਖ ਕੇ ਵਿੱਚ ਉਦੋਂ 10 ਰੁਪਏ ਮੈਂ ਨਾ ਰਖਾਉਂਦੇ ਸਨ 10 ਰੁਪਈਏ ਵਿੱਚ ਰੱਖ ਕੇ ਆਪ ਪਰੇ ਚੱਲ ਜਾਣਾ ਦੂਰੋਂ ਆਵਾਜ਼ ਮਾਰਨੀ ਪੁੱਤਰ ਜੇ ਪੁੱਛਣ ਤੇਰੇ ਭਰਾ ਤਾਂ ਉਹਨੂੰ ਆਖੀ ਉੱਥੇ ਚਾਚਾ ਜੈਮਲ ਟੱਕਰ ਗਿਆ ਸੀ ਜੇ ਹੈਗੀ ਆ ਫਾਲਤੂ ਰੋਟੀ ਉਹਨਾਂ ਜੋਗੀ ਤਾਂ ਠੀਕ ਆ ਨਹੀਂ ਤਾਂ ਹੋਰ ਪਕਵਾ ਲਓ ਹੈਂਜੀ ਤੈਨੂੰ ਨਹੀਂ ਕੁਛ ਵੀ ਆਖਣਾ ਉਹ ਤਾਂ ਫਿਰ ਹੰਮੇ ਦਾਵੇ ਨਾਲ ਲੈਂਦਾ ਸੀ ਕੋਈ ਬਦਮਾਸ਼ੀ ਨਾ ਥੋੜ੍ਹਾ ਨਾ 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 ਹੰਮੇ ਦਾਵੇ ਨਾਲ ਤੈਨੂੰ ਦੱਸਿਆ ਨਹੀਂ ਅਤੇ ਧੀ ਪੁੱਤ ਕਹਿ ਕੇ ਅਤੇ ਇੱਦਾਂ ਦਾ ਸੀ ਨਾ ਅੱਜ ਸੀਧਾ ਉਹਨੇ ਪਿੰਡ ਵਿੱਚ ਹਰਕਤ ਕੀਤੀ ਕੋਈ ਇੱਕ ਹਰਕਤ ਕੀਤੀ ਥੋੜ੍ਹੀ ਜਿਹੀ ਉਹ ਹਰਕਤ ਕਰਕੇ ਦੁਨੀਆਂ ਤੋਂ ਚਲਾ ਗਿਆ ਸਾਡੇ ਵਾਸਤੇ ਉਦੋਂ ਦਾ ਹੀ ਉਹ ਇਹ ਕੀਤੀ ਜੀ ਇੱਕ ਮੈਂ ਅਤੇ ਇੱਕ ਐਸ ਵਿਹੜੇ ਵਾਲਾ ਸਿੱਖਾਂ ਦਾ ਮੁੰਡਾ ਪਾਣੀ ਲਾਉਣ ਤੁਰੇ ਜਾਂਦੇ ਹਾਂ ਪਾਣੀ ਲਾ ਜਾ ਕੇ ਵੱਢ ਲਿਆ ਸਾਡੇ ਤੋਂ ਉਹਨਾਂ ਹੀ ਵੱਢਣਾ ਹਜ਼ਾਰਾ ਸਿੰਘ ਨੇ ਜੂਈਆਂ ਵਾਲਿਆਂ ਨੇ ਜਿਉਂ ਪਾਣੀ ਲੱਗੇ ਲਾਉਣ ਪੋਹ ਦੀਆਂ ਰਾਤਾਂ ਜਿਉਂ ਲੱਗੇ ਅਸੀਂ ਉੱਥੇ ਕੁੰਗੜ ਗਏ ਨਾ ਕੋਈ ਕੋਠਾ ਨਾ ਲੈਣੀ ਨਾ ਦੇਣੀ ਪਾਣੀ ਵੱਢਣ ਕੋਈ ਨਾ ਆਇਆ ਮੈਂ ਕਿਹਾ ਉਹ ਊਧਮ ਸਿੰਘ ਆ ਆਂਦਾ ਕੀ ਆ ਮੈਂ ਕਿਹਾ ਚੱਲ ਚੱਲੀਏ ਤਾਰਾ ਚੜ੍ਹ ਕੇ ਇੱਥੇ ਆ ਗਿਆ ਪਾਣੀ ਵੱਢਣ ਕੋਈ ਵੀ ਨਹੀਂ ਆਇਆ ਚੱਲ ਪਿੰਡ ਨੂੰ ਚੱਲੀਏ ਅਸੀਂ ਦੋਵੇਂ ਪਿੰਡ ਨੂੰ ਤੁਰ ਪਏ ਇੱਕ ਅੱਧਾ ਮੁਰੱਬਾ ਹਟਵਾਂ ਦੱਖਣ ਵਾਲੀ ਗੁੱਠੋ ਮੈਂ ਅਤੇ ਉਹ ਤੁਰੇ ਆਉਂਦੇ ਹਾਂ ਉਹਨੇ ਵੇਖ ਲਿਆ ਮੈਂ ਨਹੀਂ ਵੇਖਿਆ ਜੈ ਵੱਲ ਨੂੰ ਉਹ ਇੱਥੋਂ ਹੋ ਕੇ ਸਿੱਧਾ ਮੇਰੇ ਪਿੱਛੋਂ ਦੀ ਅਤੇ ਡੰਡੀ ਆਹ ਵਿਚਲੇ ਬਜ਼ਾਰੇ ਐਂ ਆ ਗਿਆ ਮੈਂ ਸਿੱਧਾ ਹੀ ਆ ਗਿਆ ਹੁੰਦੀ ਪਾਈ ਆ ਗਿਆ ਸਿੱਧਾ ਮੁੰਡਾ ਖੁੰਡਾ ਆਇਆ ਸੀ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਉਹਨੇ ਫੜ ਲਿਆ ਉਹਨੇ ਆਖਿਆ ਤੂੰ ਕਿੱਥੋਂ ਆਇਆ ਹੋਏ ਮੈਂ ਤਾਂ ਚਾਚਾ ਪਾਣੀ ਲਾ ਕੇ ਆਇਆ ਆਉਂਦਾ ਲਾਈ ਜਾਓ ਪਾਣੀ ਅੱਜ ਚੂਹੀਆਂ ਚੂਹੀਆਂ ਰਹਿਣੀਆਂ ਚੂਹਾ ਇੱਕ ਨਾ ਰਹੇਗਾ ਮੈਂ ਕਿਹਾ ਇਹ ਕੀ ਬਣਿਆ ਬਾਈ ਫਿਰ ਮੈਂ ਉਹਨੂੰ ਆਖਿਆ ਚਾਚਾ ਕੋਈ ਨਹੀਂ ਕਹਿੰਦਾ ਕੋਈ ਕਿਉਂ ਨਹੀਂ ਚੱਲ ਚੱਲੀਏ ਚੂਹੀਆਂ ਦੇ ਘਰ ਡਾਕਾ ਮਾਰਨਾ ਮੈਂ ਆਖਿਆ ਚੱਲ ਮੈਂ ਡਰਦਾ ਗਿਆ ਬਈ ਕਿਤੇ ਤਲਵਾਰ ਇਹਦੇ ਹੱਥ 'ਚ ਵਾ ਪਿਸਤੌਲ ਇਹਦੇ ਕੋਲ ਆ ਕਿਤੇ ਮਾਂ ਗੋਲੀ ਨਾ ਮਾਰ ਦੇ ਡਰਦੇ ਯਾਰ ਅਸੀਂ ਉਹਨਾਂ ਦੇ ਘਰ ਚਲੇ ਗਏ ਉਹਨਾਂ ਦੀ ਢੱਠੀ ਸੀ ਕੰਧ ਐਦਾਂ ਐਦਾਂ ਗੱਡਾ ਖਲੋਤਾ ਸੀ ਉਹ ਖੱਡੇ ਥੱਲੇ ਬੈਠਾ ਤਾਰਾ ਸਿੰਘ ਜਦੋਂ ਗਲੀ ਆ ਹਾਲੀ ਵੀ ਗਲੀ ਹੈਗੀ ਆ ਉਹ ਗਲੀ ਆ ਉਹ ਪੈ ਕੇ ਗਾਂ ਉਹਨਾਂ ਦੇ ਬਰਾਂਡੀ ਸੀ ਅਤੇ ਇੱਦਾਂ ਤਲਵਾਰ ਇੱਦਾਂ ਦਿੱਤੀ ਅਤੇ ਇੱਦਾਂ ਕੱਚ ਬਰਾਂਡੀ ਦੇ ਬੋਝੇ 'ਚ ਪਿਸਤੌਲ ਪਾ ਕੇ ਅਤੇ ਇੱਦਾਂ ਹੱਥ ਦਿੱਤੇ ਉਹਦੀਆਂ ਰਾਤਾਂ ਸੀ ਉਹ ਜਿਸ ਵੇਲੇ ਗਾਂ ਲੰਘਿਆ ਤਾਂ ਮੇਰੀ ਇੱਥੋਂ ਆਮ ਕਰਕੇ ਤਾਂ ਚਾਦਰ ਖਿੱਚ ਲਈ ਹਰਾਂ ਦੇ ਵਿੱਚੋਂ ਦੀ ਲੱਕੜ ਦੇ ਉਹ ਗੱਡੇ ਦੇ ਪਹਿਲੋਂ ਪਹੀਏ ਹੁੰਦੇ ਸਨ ਉਹ ਚਾਦਰ ਖਿੱਚ ਲਈ ਤਾਰਾ ਸਿੰਘ ਨੇ ਮੈਨੂੰ ਆਉਂਦਾ ਆ ਪੁੱਤ ਮਿਛੀਟੀ ਤੋਂ ਤੁਸੀਂ ਮਾਰ ਕੇ ਛਾਲ ਅਤੇ ਉਹ ਜਿਸ ਅੰਦਰ ਦੀਵਾ ਬਲਦਾ ਨਾ ਉਸ ਅੰਦਰ ਭੱਜ ਕੇ ਵੜ ਕੇ ਅਤੇ ਕੁੰਡਾ ਲਾ ਮਾਰ ਹੈ ਅਤੇ ਜੇ ਮੇਰੇ ਆ ਗਿਆ ਕਾਬੂ ਅਤੇ ਫੇਰ ਨਹੀਂ ਛੱਡਦਾ ਅਤੇ ਜੇ ਨਾ ਆ ਗਿਆ ਤਾਂ ਅੱਲਾ ਵਾਹਰ ਸਾਹਿਬ ਵੇਖੀ ਜਾਏਗੀ ਉਹਦੇ ਕਾਬੂ ਆ ਗਿਆ ਉਹਨੇ ਪਿੱਛੋਂ ਗਲੀ ਦੇ ਵਿੱਚੋਂ ਬਗਲਾਂ ਭਰ ਲਈਆਂ ਦੋਵੇਂ ਹੀ ਉਹਨੂੰ ਉਹ ਉਂਝ ਜਵਾਨ ਤਾਰਾ ਬਹੁਤਾ ਸੀ ਉਹਦੇ ਨਾਲ ਉਹਨੇ ਉੱਥੇ ਢਾ ਲਿਆ ਨਾ ਪਿਸਤੌਲ ਕੱਢਣ ਦਿੱਤਾ ਅਤੇ ਨਾ ਤਲਵਾਰ ਹੀ ਚੱਲਣ ਦਿੱਤੀ ਉਚਰੋਂ ਸਾਰੇ ਤਾਂ ਜਾਗਦੇ ਸੀ ਉਧਰੋਂ ਨੂੰ ਸਾਰੇ ਪੈ ਗਏ ਫੜ ਲਿਆ ਕੁੱਟਣ ਲੱਗ ਪਏ ਮੈਂ ਉੱਥੋਂ ਬੂਹਾ ਖੋਲਿਆ ਉਹਦੇ ਤੋਂ ਦੀ ਮਾਰੀ ਛਾਲ ਜਿਉਂ ਭੱਜਾਂ ਮੈਂ ਘਰ ਚਲਾ ਗਿਆ ਆਪਣੇ
घर जाके अपने प्यो नूं उठाया। मैं आख्या आह गल आह बात हो गई। वो उदा वादा बुबड़े उठाया, उन्हें एक निजाम लुहार हुंदा सी साडे मर गया, उन्हें उठा लिया। एक कुहाड़े शाह उठा लिया इलमदीन नूं, चौरी बलिदास दे पुत नूं। ये तिने गए भज के अगे जांदियां नूं टोका रख के इदा दे उहदी लत्त वड्ढन लग्या रख के लुहारां कोल। जादे साडे बुढ़े ने टोका पड़ गया, तुहाडी ऐसी तैसी कीती जवान नूं बजी कर देना, लत्त ना वड्ढियो। उन्हें चुकया ऐस नंबरदार को लाया बहर, वो मूँह च दुध पौन कभी इधर बगा छड़े करे, कभी इधर बगा छड़े करे। हाँ जी, उन्होंने सवेरे थाने ला गए, एक रात थाने रहा, भज गया। अज सीधा वह नहीं लभा, मगरों पंजी छई साल जाड़े पे ने, वह नहीं लभा। पता नहीं पहला ही हिंदुस्तान टप गया कि मर गया कि की होया। एक गल तुसी होर संडे डिगण वाली सानू दसदे इलाके वाले, वह भी दसो कि हुई सी। वो ए डिग पिया जी खूह च संडा। अच्छा, वो डरदा बड़े कोई ना। हाँ जी, संडे का मूँह तहू हेठ दिन लत्तां ठाहू, खूह छोटी सी, खलो नहीं सकता। वो लोग कह लगे जी कोई ना बड़े जामल, कहिंदा मैं वड़ना। अच्छा, उन्हें वड़ के रस्से रुस्से पाए, ये मगरों बंदियां दी बेईमानी हो गई भाई खूह पूर दीए। हैं, ये भी बड़िया वे बदमाश आ। वो लोगों ने आख्या बच्चे पहले ये नहीं पूर्ण देना, ये कोई बकाला बंदियां वाली हुण वड़िया ते साडा बुढ़ा कहिंदा निकलिया बाहर। ओए आखे भा की गल होई, आंदा कुछ नहीं, जे रस्से पाए ते निकलिया। हाँ जी, वो है इस गलों चूइया दे पिया सी गल, चूइया ने सानू मारन दी कोशिश की। हाँ, पहला हाँ गल सी। हाँ, अपने इतों गए मिल के जफियां पा के गए इतों, जिस वेले उजड़े ने ना ये, तो सानू मैनू कोई पता ये इलम नहीं भी उजड़े ने। अच्छा, उजड़ जाना असी बिचे कुड़ियां जमाना ऐसा सी, बिचे ही मुंडे गभरू चंगे खेडते होंगे सी पिंड में ही, चूई चूहा लुकण मिची। हाँ, असी खेडते खेडते गए, तो ये तारा सिंह जिहड़ा सी गड्डे ते बैठा तो रोण डिया। मैं घर जाके अपनी दादी नूं आना भी बेबे चाचा तारा सिंह अज रोण डिया, गल की आ? कहिंदी चुप कर पुत, कोई गल नहीं। उन्हूं पता सी हाँ जी, कोई पता नहीं अठ पैर पता नहीं कोई चार पैर हवाई उड्डी सी भी पाकिस्तान उधर हो गया तो हिंदुस्तान इधर हो गया, पहला हवाई ये उड्डी सी। हाँ जी, बाद दे विच मुड़ के फिर है बाद चो पांच जिले जिहड़े इधर उधर कीते उन्होंने फिर जाड़ा पिया जाड़ा पिया। हाँ जी, वो बस फिर इसे तरह ही करते हैं कतरते हैं। वो सवेर नूं उन्होंने गड्डे लद ले, गड्डे लद ले असी नाल जो भी सी समान समून ला। अच्छा, एक होर गल आ गई चेते मैनू, जदों उजड़दे ना ये घर चो उदों दिहाड़ी एक पहला सानू जसा पै गया। अच्छा, इत्थे पिंड च जसा पै गया, इदा कोई 250-300 बंदा होना इस रकड़ दे विच, कब्रस्तान वाले रकड़ च ना आ गया सिखां दा। खैर, सिखां नूं पता लगा, 90 वाला जैलदार सी इजायउल्ला, उन्हूं पता लग गया, उन्हें वायरलैस कर दित्ती फैसलाबाद में। DSP चढ़ के आ गया, उस नुकरे उन्हें मशीन बीट दी, उन्हें ऐलान करता कि जो मुसलमान का बच्चा इतने आ जाए, जो मुसलमान का बच्चा मेरे को आ जाए घर छड के, मैं हुणे भुन देने ने। खैर, असी मिहनत की, उछरा नूं सिखा दी पुलिस आ गई, दो मुसलमान बच्चे ते दो थानेदार सिख, ते बाकी कोई होर पूरा पूरा सिख ही सारे। और साडा स्कूल सी ऐ पिंडों आस पास, उत्थे शाम बड़ी सी, उत्थे आ गए सिखा ने, उन्हां नूं पानी भी नहीं पुछिया। असी इक इत्थे इन्हां दा चौधरियां दा भांजा ही लगदा, करशैद उहदे नां, राम दिवाली दा, वह मैनू आंदा भी घरों जा ते उत्थों पानी लियाओ बड़ा के। इत्थे घर आया सी, मिश्री उदों हुंदी सी, कुजा मिश्री, वह इन्नी सारी लैन दी, पांच चार बाल्टियां पानी बनाया, वह असी सिखा नूं पिया लिया, उन्होंने पुलिस ने, वह तो उदों ही चले गए। जिस वेले
ਅਸੀਂ ਉਹਦੀ ਮਿੰਨਤ ਕੀਤੀ ਵੀ ਨਹੀਂ ਕੋਈ ਨਹੀਂ ਜੀ ਖੈਰ ਮੇਰਾ ਅਤੇ ਤੁਸੀਂ ਜਾਣ ਦਿਓ। ਖੈਰ ਉਹ ਮੁੜ ਗਏ, ਉਨੇ ਚਿਰਾਂ ਨੂੰ ਇੱਧਰੋਂ ਸਿੱਖ ਪੈ ਗਏ। ਇਹ ਸਿੱਖਾਂ ਨੇ ਫਿਰ ਨਿਕਲੇ ਇੱਥੋਂ ਸਾਰੇ ਪਿੰਡ 'ਚ ਰਲ ਕੇ। ਆਹੋ ਨਿਕਲੇ ਅਤੇ ਉਹਨਾਂ ਨੇ ਜਾ ਕੇ ਅਤੇ ਡਾਂਗਾਂ ਕੀਤੀਆਂ ਵੀ ਆਓ ਭਾਈ ਹਾਂ ਮੁਸਲਮਾਨ ਕੋਈ ਨਹੀਂ ਗਿਆ, ਆਓ ਭਾਈ ਤੁਸੀਂ ਸ਼ਾਹ ਵੇਲਾ ਇਹਨਾਂ ਦਾ ਕਰ ਲਓਗੇ ਅਤੇ ਲੌਡਾ ਵੇਲਾ ਤੁਹਾਡਾ ਵੀ ਕਰ ਲਾ। 14 ਚੱਕ ਗੁਜਰਾਂਦੇ ਨੇ, ਆਹ ਵਸੀਰ ਸਾਰੇ ਜੰਗਲੀ ਨੇ ਅਤੇ ਜਾਣ ਤੁਹਾਨੂੰ ਵੀ ਨਹੀਂ ਦਿੰਦੇ। ਉਹਨਾਂ ਨੂੰ ਮੋੜਿਆ, ਜਦ ਲੌਡਾ ਵਾਲਾ ਹੋਇਆ ਤਾਂ ਜੰਗਲੀ ਚੜ੍ਹ ਕੇ ਆ ਗਏ, ਉਹਨਾਂ ਨੂੰ ਫਿਰ ਅਸੀਂ ਮੋੜਿਆ। ਹੈ ਜੀ ਆਖਿਆ ਨਾ ਇਹ ਕੰਮ ਨਹੀਂ ਕਰਨਾ, ਮੁੜ ਕੇ ਹੱਥੀਂ ਚੋਰੀ ਤੋਰੇ ਨੇ ਬੜੇ ਸੋਹਣੇ, ਜਾ ਕੇ ਥੋੜ੍ਹੇ ਜਿਹੇ ਦਿਨ ਨਾਲ ਤੁਰੇ ਨੇ ਜਾ ਕੇ ਆਹ ਕੰਪ ਲਾਤਾ ਉਹਨਾਂ ਨੇ ਇਸ ਰੱਕੜ 'ਚ ਅਸੀਂ ਦੇ ਨਾਲ। ਹੈ ਜੀ ਰਾਤ ਇੱਥੇ ਰਹੇ ਨੇ, ਅਸੀਂ ਜਾਂ ਉਹ ਕੰਪ ਦੇ ਵਿੱਚ ਜਾਂਦੇ ਰਹੇ ਹਾਂ ਮਿਲਦੇ ਰਹੇ ਹਾਂ, ਉਹ ਵੀ ਆਉਂਦੇ ਰਹੇ ਨੇ ਪਿੰਡ 'ਚ, ਪਰ ਉਹ ਘੱਟ ਆਉਂਦੇ ਰੋਂਦੇ ਸਨ ਸਿੱਧੀ ਜਿਹੜੀ ਗੱਲ। ਹਾਂਜੀ ਵੀ ਮੇਰਾ ਪਿੰਡ ਛੱਡਣ ਨੂੰ ਕਿਹਦਾ ਜੀ ਕਰਦਾ ਸੀ ਜੀ, ਹੈਂ ਉਹ ਫਿਰ ਦਿਨੇ ਉੱਠ ਕੇ ਚਲੇ ਗਏ ਨੇ ਗਾਂਹ, ਪਤਾ ਨਹੀਂ ਕਿਸ ਤਰ੍ਹਾਂ ਅਪੜੇ ਅਤੇ ਕਿਸ ਤਰ੍ਹਾਂ ਨਹੀਂ ਅਪੜੇ ਜੀ, ਇੱਥੋਂ ਅਮਨ ਚੈਨ ਨਾਲ ਗਏ ਨੇ। ਪਤਾ ਕਿੱਥੇ ਬੈਠੇ ਜਾ ਕੇ? ਉਹ ਕੁਝ ਦਬੁਰਜੀ ਬੈਠੇ ਆ ਜ਼ਿਲ੍ਹੇ ਗੁਰਦਾਸਪੁਰ 'ਚ, ਕੋਈ ਹੁਸ਼ਿਆਰਪੁਰ 'ਚ ਪਿੰਡ ਅਲਾਦਾਦ ਕੇ ਕਿਹੜਾ ਹੈ ਚੱਕ ਅਲਾਬਾਦ ਹੈ ਅੱਲਾ ਬਖਸ਼ ਇਹ ਉੱਥੇ ਬੈਠੇ ਰਹਿੰਦੇ। ਉਹ ਇਹ ਸੁੰਦਰ ਸਿੰਘ ਜਿਹੜਾ ਇਹਦੇ ਪੋਤੇ ਨੇ ਦੱਸਿਆ ਹਾਂ ਵੀ ਇੱਥੇ ਇੱਥੇ ਬੈਠੇ ਹਾਂ ਜੀ। ਜਿਹੜਾ ਸੂਬੇਦਾਰ ਸੀ ਉਹ ਮੇਰਾ ਖਿਆਲ ਬੀਕਾਨਗਰ ਨੂੰ ਚਲਾ ਗਿਆ, ਉਹਦੇ 5 ਮਰਬਾ ਬੀਕਾਨਗਰ 'ਚ ਵੀ ਸੀ, ਉਹ ਪਤਾ ਨਹੀਂ ਉੱਧਰ ਨੂੰ ਚਲਾ ਗਿਆ। ਬਾਬਾ ਜੀ ਹੁਣਾਂ ਦੀ ਸਟੋਰੀ ਤੁਸੀਂ ਸੁਣੀ ਆ ਜੀ, ਇਹ ਬਛਿੰਦੇ ਸੀਗੇ ਇੱਥੇ। ਬਾਬਾ ਜੀ ਹੁਣਾਂ ਨੇ ਜਿਸ ਤਰ੍ਹਾਂ ਤੁਹਾਨੂੰ ਗੱਲਬਾਤ ਦੱਸੀ ਆ ਜੀ ਸਾਰੇ ਦੇਖਣ ਵਾਲਿਆਂ ਨੂੰ, ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਕਿਸੇ ਨੇ ਵੀ ਅੱਜ ਤੱਕ ਇੰਨੀ ਡਿਟੇਲ ਦੇ ਨਾਲ ਆਪਣੇ ਜਿਹੜੇ ਲੋਕਾਂ 'ਚ ਵੱਸਦੇ ਸੀਗੇ ਜਿਹੜੇ ਇਹਨਾਂ 'ਚੋਂ ਮਤਲਬ ਉਜਾੜੇ ਤੋਂ ਬਾਅਦ ਉੱਠ ਕੇ ਗਏ ਆ, ਉਹਨਾਂ ਦੇ ਇਕੱਲੇ ਇਕੱਲੇ ਜੀ ਦੇ ਨਾਂ ਲੈ ਕੇ ਦੱਸੇ ਆ, ਇਹ ਇੱਕ ਬਹੁਤ ਖਾਸ ਗੱਲ ਆ ਜੀ। ਔਰ ਮੈਂ ਸਮਝਦਾ ਕਿ ਬਾਬਾ ਜੀ ਹੁਣਾਂ ਦੀ ਯਾਦਾਸ਼ਤ ਵੀ ਕਮਾਲ ਦੀ ਆ। ਫੀਲ ਕਰਦੇ ਹਾਂ ਕਿ ਅਗਰ ਕੋਈ ਦੇਖਣ ਵਾਲਾ ਸਾਡਾ ਜਿਹੜਾ ਬਜ਼ੁਰਗਾਂ ਦੇ ਇੰਨੇ ਨਾਂ ਲਏ ਇਹਨਾਂ ਦੇ ਵਿੱਚੋਂ ਅਗਰ ਕੋਈ ਹੈਗਾ ਜਾਂ ਉਹਨਾਂ ਦੀ ਆਲ ਔਲਾਦ ਕੋਈ ਸੁਣਦੀ ਆ ਵੀ ਸਾਡੇ ਪਿਓ ਦਾਦੇ ਦਾ ਨਾਂ ਲਿਆ ਬਾਬਾ ਜੀ ਹੁਣਾਂ ਨੇ, ਤਾਂ ਉਹ ਜ਼ਰੂਰ ਰਾਬਤਾ ਕਰਨ, ਸਕਰੀਨ 'ਤੇ ਨੰਬਰ ਸ਼ੋਅ ਹੋ ਰਿਹਾ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ 'ਚ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਜੀ। ਅੱਜ ਸਵਾਲ ਕੀਤਾ ਸੀ ਕਿ ਚੌਂਦੀ ਲੱਗਣਾ ਕਿਹਨੂੰ ਕਹਿੰਦੇ ਆ, ਉਹਦਾ ਵੀ ਸਾਨੂੰ ਦੱਸਿਓ ਵੀ ਚੌਂਦੀ ਕਿਹਨੂੰ ਕਹਿੰਦੇ ਆ। ਅੱਲਾ ਹਾਫਿਜ਼ ਜੀ, ਰੱਬ ਰਾਖਾ।